ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਇਸ ਸਮੇਂ ਆਪਾਂ ਹੈਗੇ ਹਾਂ ਪਟਿਆਲੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤ੍ਰਿਪੜੀ ਦਾ ਬਾਜ਼ਾਰ ਦਿਖਾਵਾਂਗੇ ਪਟਿਆਲੇ ਦੇ ਵਿੱਚ। ਬਾਕੀ ਚੱਲਦੇ ਆਪਾਂ ਵੀਡੀਓ, ਤੁਸੀਂ ਹਾਲੇ ਤੱਕ ਬਣੇ ਰਹੋ। ਕਾਫੀ ਵੱਡਾ ਇਹ ਬਾਜ਼ਾਰ ਆ, ਬਹੁਤ ਵੱਡੀਆਂ ਵੱਡੀਆਂ ਇਹਦੇ 'ਚ ਦੁਕਾਨਾਂ ਨੇ, ਉਹ ਚੱਲਦੇ ਆਪਾਂ। ਇਹ ਸਾਰਾ ਤ੍ਰਿਪੜੀ ਦਾ ਬਾਜ਼ਾਰ ਆ ਅਤੇ ਇੱਕ ਮੇਨ ਚੌਂਕ ਆ ਇੱਥੇ, ਅਤੇ ਇੱਥੋਂ ਆਪਾਂ ਚੱਲਦੇ ਹਾਂ ਅੰਦਰ ਬਾਜ਼ਾਰ 'ਚ, ਐਂਟਰੀ ਕਰਦੇ ਹਾਂ। ਸਾਹਮਣੇ ਆ ਗਿਆ ਕੋਹਲੀ ਸਵੀਟਸ, ਇਹ ਕਾਫੀ ਫੇਮਸ ਹੋਟਲ ਹੈ ਇੱਥੇ ਦਾ ਪਟਿਆਲੇ ਦਾ, ਅਤੇ ਬਹੁਤ ਵੱਡੀ ਮਾਰਕੀਟ ਹੈ ਇਹ ਤ੍ਰਿਪੜੀ ਦੀ। ਕਾਫੀ ਪੁਰਾਣਾ ਏਰੀਆ ਇਹ, ਜਿਹੜਾ ਤ੍ਰਿਪੜੀ ਵਾਲਾ ਏਰੀਆ, ਤ੍ਰਿਪੜੀ ਦੀ ਜਿਹੜੀ ਮਾਰਕੀਟ ਹੈ ਕਾਫੀ ਸਾਲ ਪੁਰਾਣੀ ਆ। ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਮਿਲ ਜੂ ਇਹ ਮਾਰਕੀਟ ਦੇ ਵਿੱਚ। ਐਵੇਂ ਹੀ ਹੈਗਾ ਵੀ ਇਕੱਲੀ ਕੱਪੜੇ ਵਾਲੀਆਂ ਹੀ ਨੇ, ਹਰੇਕ ਤਰੀਕੇ ਦੀ ਦੁਕਾਨ, ਘਰਾਂ 'ਚ ਵਰਤਣ ਵਾਲਾ ਸਮਾਨ ਜਿਵੇਂ ਪਰਚੂਨ ਦੀਆਂ ਦੁਕਾਨਾਂ, ਹੈ ਨਾ। ਬਾਕੀ ਇਹ ਕੱਪੜੇ ਵਾਲੀਆਂ ਦੇਖ ਸਕਦੇ ਹੋ ਤੁਸੀਂ ਸਾਹਮਣੇ, ਮੁੰਡਿਆਂ ਵਾਲੇ ਕੁੜੀਆਂ ਵਾਲੇ ਕੱਪੜੇ, ਹੋਰ ਬਿਜਲੀ ਦਾ ਸਮਾਨ, ਦੋਨੋਂ ਪਾਸੇ ਮਾਰਕੀਟ ਹੈ ਇਹ। ਇੱਧਰ ਵੀ ਦੇਖ ਸਕਦੇ ਹੋ ਦੁਕਾਨਾਂ ਤੁਸੀਂ, ਅਤੇ ਆਹ ਸਾਈਡ ਵੀ ਦੇਖ ਸਕਦੇ ਹੋ। ਵੱਡੇ ਵੱਡੇ ਹੋਟਲ ਵੀ ਨੇ ਇਹ ਮਾਰਕੀਟ ਦੇ ਵਿੱਚ, ਸਾਈਕਲ ਵਾਲੀਆਂ ਦੁਕਾਨਾਂ। ਹਾਂ, ਸਾਹਮਣੇ ਜਿਵੇਂ ਆਹ ਹੋਟਲ ਆ ਗਿਆ, ਜਿਵੇਂ ਕੋਹਲੀ ਸਵੀਟਸ ਆ ਨਾ, ਉਸੇ ਤਰ੍ਹਾਂ ਇਹ ਹੋਟਲ ਆ। ਇਸ ਤਰ੍ਹਾਂ ਵੱਡੇ ਵੱਡੀਆਂ ਬੇਕਰੀਆਂ, ਹੋਟਲ ਇਹ ਮਾਰਕੀਟ ਦੇ ਵਿੱਚ ਮਿਲ ਜਾਣਗੇ। ਬਾਕੀ ਇਹ ਮਾਰਕੀਟ ਦੇ ਆਲੇ ਦੁਆਲੇ ਕਲੋਨੀਆਂ ਨੇ, ਘਰ ਨੇ, ਉਹ ਵੀ ਸਾਰਾ ਤ੍ਰਿਪੜੀ ਦਾ ਏਰੀਆ ਹੀ ਵੱਜਦਾ, ਤ੍ਰਿਪੜੀ ਹੀ ਕਿਹਾ ਜਾਂਦਾ ਸਾਰੇ ਏਰੀਆ। ਬਾਕੀ ਆਹ ਜਿਵੇਂ ਜੁੱਤੀਆਂ ਵਾਲੀ ਦੁਕਾਨ ਆ ਗਈ ਹੈ ਨਾ, ਅਤੇ ਸ਼ਾਮ ਦਾ ਟਾਈਮ ਆ, ਰੌਣਕ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ। ਸ਼ਾਮ ਦੇ ਟਾਈਮ ਰੌਣਕ ਜਿਹੜੀ ਵੱਧ ਜਾਂਦੀ ਆ, ਅਤੇ ਇੱਧਰ ਵੀ ਵੱਡੀਆਂ ਵੱਡੀਆਂ ਦੁਕਾਨਾਂ, ਕੁਛ ਬਿਜਲੀ ਦਾ ਸਮਾਨ ਵਾਲਾ, ਸਾਈਕਲ ਵਾਲੀਆਂ ਆ ਗਈਆਂ ਦੇਖ ਸਕਦੇ ਹੋ। ਕਾਫੀ ਵੱਡਾ ਸਟੋਰ ਹੈ ਵੀ ਸਾਈਕਲ ਦਾ। ਅਤੇ ਤ੍ਰਿਪੜੀ ਕਿਵੇਂ ਬਾਈ ਅੰਮ੍ਰਿਤ? ਹਾਂ ਹਾਂ, ਸਾਰਾ ਕੁਛ ਆ। ਇਹ ਤ੍ਰਿਪੜੀ ਦਾ ਜਿਹੜਾ ਬਾਜ਼ਾਰ ਆ, ਇਹ ਪਟਿਆਲੇ ਦੇ ਮੇਨ ਬਾਜ਼ਾਰਾਂ ਦੇ ਵਿੱਚੋਂ ਗਿਣਿਆ ਜਾਂਦਾ, ਤ੍ਰਿਪੜੀ ਦੀ ਜਿਹੜੀ ਮਾਰਕੀਟ ਹੈ। ਅਤੇ ਇੱਧਰ ਦੇਖ ਸਕਦੇ ਹੋ ਤੁਸੀਂ ਬੈਗਾਂ ਵਾਲੀਆਂ ਦੁਕਾਨਾਂ, ਹੈ ਨਾ, ਕੱਪੜੇ ਵਾਲੀਆਂ ਦੁਕਾਨਾਂ, ਪਰਚੂਨ ਦੀਆਂ। ਕਿਵੇਂ ਬਾਈ ਅੰਮ੍ਰਿਤ? ਹਾਂ, ਇਕੱਠ ਬਹੁਤ ਰਹਿੰਦਾ ਵੇ, ਇਕੱਠ ਤਾਂ ਬਹੁਤ ਰਹਿੰਦਾ ਇਹ ਮਾਰਕੀਟ 'ਚ। ਤੁਸੀਂ ਦੇਖ ਸਕਦੇ ਹੋ ਜਿਵੇਂ ਗੱਡੀਆਂ ਮੋਟਰਸਾਈਕਲ, ਹੈ ਨਾ, ਬਹੁਤ ਆਉਂਦੇ ਜਾਂਦੇ ਨੇ ਮਾਰਕੀਟ ਦੇ ਵਿੱਚ। ਲਓ ਜੀ, ਇੱਧਰ ਆਟਾ ਚੱਕੀ ਆ ਗਈ, ਜਿਵੇਂ ਭਾਂਡੇ ਵਾਲੀਆਂ ਦੁਕਾਨਾਂ। ਸਾਹਮਣੇ ਉੱਧਰ ਸੂਟਾਂ ਵਾਲੀਆਂ ਦੁਕਾਨਾਂ ਆ ਗਈਆਂ, ਉਹ ਵੀ ਆਪਾਂ ਦੇਖਦੇ ਹਾਂ ਜਾ ਕੇ। ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇੱਥੇ ਮਿਲ ਜੂ। ਇੱਧਰ ਜਿਵੇਂ ਦੇਖ ਸਕਦੇ ਹੋ ਸੂਟਾਂ ਵਾਲੀ ਆ ਗਈ, ਆਹ ਉਰੇ ਬਾਈ ਗੋਲ ਗੱਪਿਆਂ ਵਾਲਾ, ਹੈ ਨਾ, ਸਟੋਲਾਂ ਵੀ ਹੁੰਦੀਆਂ ਨੇ ਉਰੇ ਖਾਣ ਪੀਣ ਵਾਲੀਆਂ। ਆਹ ਜਿਵੇਂ ਬਾਈ ਨੇ ਫਲਾਂ ਫਲਾਂ ਵਾਲੀ ਲਾਈ ਵੀ ਆ, ਹੈ ਨਾ, ਇਸੇ ਤਰ੍ਹਾਂ। ਇੱਧਰ ਪੀਜੇ ਵਾਲੇ ਆ ਗਏ, ਰੈਸਟੋਰੈਂਟ ਵੀ ਬਹੁਤ ਸਾਰੇ ਨੇ। ਇੱਧਰ ਕੱਪੜਿਆਂ ਵਾਲੀ ਆ ਗਈ ਦੁਕਾਨ, ਜੁੱਤੀਆਂ ਵਾਲੀ, ਉਸੇ ਤਰ੍ਹਾਂ ਇੱਧਰ ਵੀ ਜਰਨਲ ਸਟੋਰ। ਅਤੇ ਆਹ ਵੀ ਦੇਖੋ ਜਿਵੇਂ ਕੱਪੜੇ ਬਾਹਰ ਟੰਗੇ ਹੋਏ ਨੇ, ਹੈ ਨਾ, ਇਹ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਵੱਡੀਆਂ ਵੱਡੀਆਂ। ਕਿਵੇਂ ਬਾਈ ਅੰਮ੍ਰਿਤ? ਹਾਂ, ਕੱਪੜੇ ਦੀਆਂ ਬਹੁਤ ਦੁਕਾਨਾਂ ਨੇ ਉਰੇ, ਫੁਲਕਾਰੀਆਂ ਟੰਗੀਆਂ ਹੋਈਆਂ ਤੁਹਾਨੂੰ ਆਵੇਂ ਮਿਲ ਜਾਣਗੀਆਂ, ਪਟਿਆਲੇ ਸ਼ਹਿਰ ਦੀਆਂ ਕੱਪੜੇ ਵਾਲੀਆਂ ਦੁਕਾਨਾਂ ਅੱਗੇ, ਕਿਉਂਕਿ ਫੁਲਕਾਰੀ ਬਹੁਤ ਮਸ਼ਹੂਰ ਹੈ ਪਟਿਆਲੇ ਦੀ। ਅਤੇ ਇੱਧਰ ਵੀ ਆ ਸਾਹਮਣੇ ਦੁਕਾਨ, ਇਹਨਾਂ ਨੇ ਸੇਲ ਲਿਖੀ ਹੋਈ ਆ 200 ਰੁਪਏ ਕੱਪੜੇ, ਜੁੱਤੀਆਂ, ਅਤੇ ਕੁਛ ਮੋਬਾਈਲਾਂ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਇੱਥੇ, ਅਤੇ ਹਰੇਕ ਤਰ੍ਹਾਂ ਦੀਆਂ ਐਨਕਾਂ ਵਾਲੀਆਂ ਦੁਕਾਨਾਂ, ਮੋਬਾਈਲਾਂ ਵਾਲੀਆਂ, ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਮਿਲ ਜੂ। ਆਹ ਵੀ ਇੱਧਰ ਜੁੱਤੀਆਂ ਵਾਲੀ ਆ ਗਈ ਦੁਕਾਨ, 200 ਰੁਪਏ ਸੇਲ ਲਿਖੀ ਹੋਈ ਆ ਬਾਈ ਅੰਮ੍ਰਿਤ। ਆਹ ਸੂਟਾਂ ਵਾਲੀ ਆ ਗਈ, ਇੱਧਰ ਦੇਖ ਸਕਦੇ ਹੋ ਦੁਕਾਨ ਤੁਸੀਂ, ਹੈ ਨਾ,
ਇਸੇ ਤਰ੍ਹਾਂ ਸਾਰਿਆਂ ਨੇ ਆਪਦਾ ਸਮਾਨ ਆ ਜਿਹੜਾ ਬਾਹਰ ਲਾਇਆ ਹੋਇਆ। ਅਤੇ ਸਾਹਮਣੇ ਵੀ ਇੱਕ ਚੌਂਕ ਆ ਜਾਂਦਾ ਅਤੇ ਉੱਥੇ ਪਾਰਕ ਬਣਿਆ ਹੋਇਆ ਅਤੇ ਪਾਰਕ ਦੇ ਨਾਲ ਇੱਕ ਟੈਂਕੀ ਬਣੀ ਹੋਈ ਆ ਪਾਣੀ ਵਾਲੀ। ਇਹ ਵੀ ਇੱਕ ਮੇਨ ਜਿਹਾ ਚੌਂਕ ਪੈਂਦਾ ਇੱਥੇ ਤ੍ਰਿਪੜੀ ਬਾਜ਼ਾਰ ਦਾ ਅਤੇ ਇਹਦੇ ਨਾਲ ਵੀ ਸਾਰੀ ਆਲੇ ਦੁਆਲੇ ਮਾਰਕੀਟ ਹੈ, ਉਹ ਵੀ ਆਪਾਂ ਦੇਖਾਂਗੇ। ਅਤੇ ਇੱਧਰ ਵੀ ਆ ਕੁਛ ਕੱਪੜੇ ਬਾਹਰ ਲਾਏ ਹੋਏ ਨੇ ਜਾਂ ਕੁਛ ਦੇਖ ਸਕਦੇ ਹੋ ਤੁਸੀਂ, ਹੋਰ ਸਾਰਾ ਸਮਾਨ ਫਲ ਵਗੈਰਾ ਵਾਲੀਆਂ ਦੁਕਾਨਾਂ। ਆਹ ਚੌਂਕ ਆ ਗਿਆ ਅਤੇ ਆਪਾਂ ਇੱਧਰ ਨੂੰ ਮੁੜਾਂਗੇ ਇੱਥੋਂ। ਹਾਂ ਬਾਈ, ਇੱਧਰ ਕੁਛ ਮੈਡੀਕਲ ਸਟੋਰ ਨੇ ਕਿਉਂਕਿ ਨਾਲ ਇੱਥੇ ਹੋਸਪਿਟਲ ਵੀ ਹੈਗਾ ਜਿਹੜਾ ਤ੍ਰਿਪੜੀ ਦਾ ਸਰਕਾਰੀ ਹੋਸਪਿਟਲ ਹੈ, ਉਹ ਵੀ ਨਾਲ ਹੈ। ਆਹ ਸਾਰਾ ਪਾਰਕ ਆ ਗਿਆ, ਇੱਥੇ ਸ਼ਾਮ ਨੂੰ ਜੋਗਿੰਗ ਕਰਦੇ ਨੇ ਸਾਰੇ, ਹੈ ਨਾ, ਇੱਥੇ ਦੇ ਜਿਹੜੇ ਲੋਕਲ ਨੇ। ਅਤੇ ਪਾਰਕ ਦੇ ਨਾਲ ਨਾਲ ਐਵੇਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਇੱਥੇ, ਆਹ ਜਿਵੇਂ ਬਾਈ ਨੇ ਲਾਈ ਹੋਈ ਆ, ਅਤੇ ਆਹ ਕੁਛ ਮਿੱਟੀ ਤੋਂ ਬਣੇ ਹੋਏ ਭਾਂਡੇ ਜਿਹੜੇ ਉਹ ਦੁਕਾਨ ਆ, ਇੱਧਰ ਵੀ ਉਸੇ ਤਰ੍ਹਾਂ। ਲਓ ਜੀ, ਉੱਧਰ ਸਾਹਮਣੇ ਵੀ ਉਸੇ ਤਰ੍ਹਾਂ ਨੇ ਦੁਕਾਨਾਂ, ਮਿੱਟੀ ਤੋਂ ਬਣੇ ਹੋਏ ਭਾਂਡੇ। ਬਾਕੀ ਅੱਗੇ ਵੀ ਹੋਰ ਆ ਗਈਆਂ ਦੁਕਾਨਾਂ ਸਾਰੀਆਂ, ਆਪਣੇ ਜਨਰਲ ਸਟੋਰ, ਗਾਰਮੈਂਟਸ ਵਾਲੀਆਂ, ਕੱਪੜੇ ਵਾਲੀਆਂ। ਯਾਨੀ ਕਿ ਜਿਹੜਾ ਇਹ ਏਰੀਆ, ਇਹ ਏਰੀਏ ਨੂੰ ਇਹੀ ਮੇਨ ਮਾਰਕੀਟ ਪੈਂਦੀ ਆ। ਇਹ ਜਿਹੜੀ ਤ੍ਰਿਪੜੀ ਆ, ਪਟਿਆਲੇ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਉਹਦੇ ਨੇੜੇ ਪੈਂਦਾ ਤ੍ਰਿਪੜੀ ਦਾ ਏਰੀਆ, ਅਤੇ ਸਰਹੰਦ ਰੋਡ ਦੇ ਨੇੜੇ ਪੈਂਦਾ। ਬਾਕੀ ਇੱਧਰ ਹੋਰ ਆ ਗਈਆਂ ਦੁਕਾਨਾਂ, ਜਿਵੇਂ ਆਹ ਚਾਂਪ ਵਾਲੀ ਲਾਈ ਹੋਈ ਆ ਨਾ ਬਾਈ ਨੇ, ਇਹ ਸ਼ਾਮ ਨੂੰ ਇੱਥੇ ਫਾਸਟ ਫੂਡ ਵੀ ਹੁੰਦਾ, ਸਾਰੀਆਂ ਸਟੋਲਾਂ ਜਿਹੜੀਆਂ ਸ਼ਾਮ ਨੂੰ ਇੱਥੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਟਰੀਟ ਫੂਡ ਕਹਿ ਸਕਦੇ ਹਾਂ ਆਪਾਂ। ਅਤੇ ਪਟਿਆਲੇ ਦੇ ਸਟਰੀਟ ਫੂਡ 'ਤੇ ਵੀ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ, ਕਾਫੀ ਵਧੀਆ ਸਟਰੀਟ ਫੂਡ ਹੁੰਦਾ ਪਟਿਆਲੇ ਦੇ ਵਿੱਚ, ਜਿਵੇਂ ਸ਼ੇਰਾਂ ਵਾਲੇ ਗੇਟ ਵੱਲ ਉੱਧਰ ਬਹੁਤ ਦੁਕਾਨਾਂ ਲੱਗਦੀਆਂ ਨੇ ਸ਼ਾਮ ਨੂੰ, ਅਤੇ ਆਹ ਕੁਛ ਦੁਕਾਨਾਂ ਆ ਗਈਆਂ ਕੱਪੜੇ ਵਾਲੀਆਂ ਦੇਖ ਸਕਦੇ ਹੋ। ਅਤੇ ਜਿਵੇਂ ਆਪਾਂ ਪਟਿਆਲੇ ਦੀ ਪਹਿਲਾਂ ਬਾਜ਼ਾਰ ਦੀ ਵੀਡੀਓ ਪਾਈ ਸੀ, ਉਹਦੇ 'ਚ ਤੁਹਾਨੂੰ ਕੱਪੜੇ ਵਾਲੀਆਂ ਦੁਕਾਨਾਂ ਦਿਖਾਈਆਂ ਸੀ, ਉਸੇ ਤਰ੍ਹਾਂ ਇਹ ਮਾਰਕੀਟ ਦੇ ਵਿੱਚ ਵੀ ਕੱਪੜੇ ਵਾਲੀਆਂ ਵੱਡੀਆਂ ਦੁਕਾਨਾਂ ਨੇ, ਅਤੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ, ਇੱਧਰ ਵੀ ਮਾਰਕੀਟ ਹੈ ਅਤੇ ਆਹ ਸਾਈਡ ਵੀ, ਦੋਨੋਂ ਸਾਈਡ ਮਾਰਕੀਟ ਹੈ। ਆਹ ਕਾਫੀ ਵੱਡਾ ਕੱਪੜਿਆਂ ਵਾਲਾ ਸਟੋਰ ਆ ਗਿਆ, ਇਹਨਾਂ ਨੇ ਫੁਲਕਾਰੀਆਂ ਬਾਹਰ ਲਾਈਆਂ ਹੋਈਆਂ ਨੇ, ਦੇਖ ਸਕਦੇ ਹੋ। ਇਸੇ ਤਰ੍ਹਾਂ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ। ਆਹ ਜਿਵੇਂ ਬਰਗਰ ਵਾਲੀ ਆ ਗਈ, ਇਸ ਤਰ੍ਹਾਂ ਦੇ ਸਾਰੇ ਤੁਹਾਨੂੰ ਰੈਸਟੋਰੈਂਟ, ਬਾਕੀ ਫਾਸਟ ਫੂਡ ਵਾਲੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ। ਆਹ ਤਾਂ ਬਾਕੀ ਗੱਦਿਆਂ ਵਾਲੀ ਦੁਕਾਨ ਆ ਗਈ, ਚਾਦਰਾਂ ਵਾਲੀ, ਅਤੇ ਉਸੇ ਤਰ੍ਹਾਂ ਇੱਧਰ ਵੀ। ਉੱਧਰ ਜ਼ਿਆਦਾ ਰਸ਼ ਸੀ ਅੰਮ੍ਰਿਤ ਬਾਈ, ਹੈ ਨਾ, ਮੂਹਰੇ ਮੂਹਰੇ। ਹਾਂ, ਉਰੇ ਉਰੇ ਜਿਵੇਂ ਉਰੇ ਥੋੜ੍ਹਾ ਜਿਹਾ ਹੋ ਗਿਆ ਨਾ, ਇੱਕ ਤਾਂ ਸੜਕ ਵੀ ਖੁੱਲ੍ਹੀ ਆ ਮੈਨੂੰ ਲੱਗਦਾ, ਇਹ ਇੱਧਰ ਵੀ ਦੇਖ ਸਕਦੇ ਹੋ ਤੁਸੀਂ, ਸੂਟ ਬਾਹਰ ਲਾਏ ਹੋਏ ਨੇ ਕੱਢ ਕੇ, ਆਹ ਦੁਕਾਨ ਵਾਲਿਆਂ ਨੇ ਕਾਫੀ ਕੱਪੜੇ ਨੇ ਜਿਹੜੇ ਬਾਹਰ ਲਾਏ ਹੋਏ ਨੇ। ਆਹ ਜਵੈਲਰੀ ਵਾਲੀ ਸ਼ੋਪ ਆ ਗਈ, ਆਹ ਕੁਛ ਘਰਾਂ ਦੀ ਵਰਤੋਂ ਵਾਲਾ ਸਮਾਨ। ਇੱਧਰ ਵੀ ਉਸੇ ਤਰ੍ਹਾਂ ਦੁਕਾਨਾਂ ਨੇ, ਕਾਫੀ ਵੱਡੀ ਇਹ ਮਾਰਕੀਟ ਹੈ, ਲੰਬੀ ਮਾਰਕੀਟ ਹੈ ਬਹੁਤ ਸਾਰੀ, ਅਤੇ ਕਾਫੀ ਏਰੀਏ ਦੇ ਵਿੱਚ ਫੈਲੀ ਹੋਈ ਆ, ਅਤੇ ਨਾਲ ਨਾਲ ਸੂਟਾਂ ਵਾਲੀਆਂ ਦੁਕਾਨਾਂ ਆ ਗਈਆਂ। ਉਸੇ ਤਰ੍ਹਾਂ ਇੱਧਰ ਵੀ, ਮਤਲਬ ਜਿਹੜਾ ਇਹ ਏਰੀਆ ਉਹ ਇੱਥੇ ਹੀ ਜ਼ਿਆਦਾ ਸ਼ੋਪਿੰਗ ਕਰ ਲੈਂਦੇ ਹੋਣਗੇ ਕਿਉਂਕਿ ਇਹ ਮਾਰਕੀਟ ਦੇ ਵਿੱਚ ਸਭ ਕੁਛ ਮਿਲਦਾ। ਆਹ ਫੁਲਕਾਰੀਆਂ ਵਾਲੀ ਆ ਗਈ ਦੁਕਾਨ, ਦੇਖੋ ਜਿਵੇਂ ਫੁਲਕਾਰੀਆਂ ਟੰਗੀਆਂ ਹੋਈਆਂ ਨੇ ਇਹਨਾਂ ਨੇ। ਆਹ ਫੋਨਾਂ ਵਾਲੀ ਆ ਗਈ, ਓਪੋ, ਵੀਵੋ, ਸੈਮਸੰਗ, ਆਹ ਵੀ ਕਾਫੀ ਵੱਡੀ ਦੁਕਾਨ ਆ ਸੂਟਾਂ ਵਾਲੀ।
ਹਾਂ ਅੱਗੇ ਜਾਣਾ ਬਾਈ, ਅਤੇ ਇੱਧਰ ਵੀ ਕੁਛ ਦੁਕਾਨਾਂ ਨੇ ਜਿਵੇਂ ਆਮ ਹੁੰਦੀਆਂ ਨੇ ਜਿਹੜੀਆਂ ਕਰਿਆਨੇ ਵਾਲੀਆਂ ਦੁਕਾਨਾਂ, ਹੈ ਨਾ ਉਸ ਤਰ੍ਹਾਂ ਦੀਆਂ, ਮੁੜ ਮੁੜ ਕੇ ਜਿਵੇਂ ਜਿਵੇਂ ਸ਼ਾਮ ਹੋਈ ਜਾਊ ਉਵੇਂ ਉਵੇਂ ਮਾਰਕੀਟ ਦੇ ਵਿੱਚ ਇਕੱਠਾ ਜਿਹੜਾ ਸ਼ਹਿਰਾਂ ਦੇ ਵਿੱਚ ਵੱਧਦਾ ਰਹਿੰਦਾ, ਕਿਉਂਕਿ ਸ਼ਾਮ ਨੂੰ ਸਾਰੇ ਫਰੀ ਹੁੰਦੇ ਨੇ ਨਾ ਆਪਦੇ ਕੰਮਾਂ ਕਾਰਾਂ ਤੋਂ, ਸਵੇਰੇ ਸਾਰਿਆਂ ਨੇ ਕਿਸੇ ਨੇ ਜੋਬ ਜਾਣਾ ਹੁੰਦਾ, ਕਿਸੇ ਨੇ ਆਪਦੇ ਬਿਜ਼ਨਸ 'ਤੇ ਜਾਣਾ ਹੁੰਦਾ। ਆਹ ਕੁਛ ਅੱਗੇ ਹੋਰ ਸਬਜ਼ੀਆਂ ਵਾਲੀਆਂ ਆ ਗਈਆਂ ਦੁਕਾਨਾਂ, ਬਾਕੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ, ਜਿਵੇਂ ਹੁਣ ਆਪਾਂ ਤ੍ਰਿਪੜੀ ਦੀ ਵੀਡੀਓ ਬਣਾਈ ਆ, ਹੋਰ ਬਾਜ਼ਾਰਾਂ ਦੀ ਵੀਡੀਓ ਬਣਾਈ ਆ, ਹੈ ਨਾ ਪਟਿਆਲੇ ਦਿਆਂ ਦੀ, ਉਸੇ ਤਰ੍ਹਾਂ ਇਹਨੂੰ ਵੀ ਤੁਸੀਂ ਸ਼ੇਅਰ ਜ਼ਰੂਰ ਕਰਿਓ। ਆਹ ਵੀ ਆ ਗਈਆਂ ਕੁਛ ਕੱਪੜੇ ਵਾਲੀਆਂ ਦੁਕਾਨਾਂ, ਲੋਅਰਾਂ ਟੀ ਸ਼ਰਟਾਂ ਵਾਲੀਆਂ। ਅੱਗੇ ਵੀ ਕਾਫੀ ਕੱਪੜੇ ਨੇ ਜਿਹੜੇ ਲਾਏ ਹੋਏ ਨੇ, ਦੇਖੋ ਆਹ ਦੁਕਾਨ ਵਾਲਿਆਂ ਨੇ ਬਹੁਤ ਸਾਰੇ ਕੱਪੜੇ ਬਾਹਰ ਟੰਗੇ ਹੋਏ ਨੇ, ਕੁੜਤੇ ਲੋਅਰਾਂ ਟੀ ਸ਼ਰਟਾਂ। ਹਾਂ ਕੱਪੜੇ ਵੱਧ ਨੇ ਬਾਈ ਅੰਮ੍ਰਿਤ ਤੁਰੇ, ਮੂਹਰੇ ਉਹ ਸੀਗੀਆਂ ਦੁਕਾਨਾਂ, ਮਤਲਬ ਕਰਿਆਨਾ ਸਟੋਰ ਹੈ ਨਾ ਇੱਥੇ, ਆਹ ਦੇਖੋ ਜਿਵੇਂ ਆਹ ਕੱਪੜੇ ਵਾਲੀ ਆ, ਉਸੇ ਤਰ੍ਹਾਂ ਹੋਰ ਇੱਧਰਲੀ ਸਾਈਡ ਵੀ ਨਾਲ ਨਾਲ ਸਾਰੀਆਂ ਕੱਪੜੇ ਵਾਲੀਆਂ ਨੇ, ਆਹ ਸਾਈਡ ਵੀ ਦੇਖੋ ਆਈਸਕ੍ਰੀਮ ਵਾਲਾ ਖੜਾ ਬਾਈ। ਇੱਧਰ ਨਾਲ ਗੁਰਦੁਆਰਾ ਸਾਹਿਬ ਵੀ ਆ ਗਏ ਸਾਹਮਣੇ, ਆਹ ਵੀ ਸਬਜ਼ੀਆਂ ਵਾਲੀਆਂ ਦੁਕਾਨਾਂ, ਹਰੇਕ ਤਰੀਕੇ ਦਾ ਸਮਾਨ ਇਹ ਮਾਰਕੀਟ 'ਚ ਮਿਲ ਜੂ। ਮਤਲਬ ਕਈ ਵਾਰ ਐਂ ਹੁੰਦਾ ਨਾ ਕਿਸੇ ਕਿਸੇ ਮਾਰਕੀਟ 'ਚ ਕੱਪੜੇ ਮਿਲਦਾ ਹੁੰਦਾ, ਜੁੱਤੀਆਂ ਮਿਲਦੀਆਂ ਹੁੰਦੀਆਂ ਨੇ, ਇਹ ਸਾਰੀ ਆਲਰਾਊਂਡਰ ਮਾਰਕੀਟ ਹੈ, ਹਰੇਕ ਤਰੀਕੇ ਦਾ ਸਮਾਨ ਮਿਲਦਾ, ਫੋਨ ਹਾਂ ਬਾਈ ਫੋਨ ਕੱਪੜੇ ਖਿਲੌਣੇ ਜਵਾਕਾਂ ਵਾਲੇ, ਇੱਕੇ ਮਾਰਕੀਟ ਦੇ ਵਿੱਚ ਸਾਰਾ ਕੁਛ ਹੋਜੂ ਸ਼ੋਪਿੰਗ ਸਾਰੀ। ਆਹ ਫੁੱਲਾਂ ਵਾਲੀ ਆ ਗਈ ਦੁਕਾਨ, ਇੱਧਰ ਸਾਹਮਣੇ ਕੁਛ ਬੈਂਕਾਂ ਆ ਗਈਆਂ ਜਿਵੇਂ SBI ਬੈਂਕ ਆ ਗਈ, ਹੈ ਨਾ ਬੈਂਕਾਂ ਵੀ ਹੈਗੀਆਂ ਨੇ ਇਹ ਸਾਈਡ ਨੂੰ, ਬੈਂਕਾਂ ਦੀਆਂ ਬ੍ਰਾਂਚਾਂ। ਅਤੇ ਸੜਕ ਦੇ ਨਾਲ ਨਾਲ ਖਾਣ ਪੀਣ ਵਾਲੇ ਤੁਹਾਨੂੰ ਆਮੇ ਇੱਥੇ ਮਿਲ ਜਾਣਗੇ, ਜਿਵੇਂ ਆਹ ਖੜਾ ਬਾਈ ਹੈ ਨਾ ਫਲੂਦੇ ਵਾਲਾ, ਇਸ ਤਰ੍ਹਾਂ ਬਾਕੀ ਹੋਰ ਸਬਜ਼ੀਆਂ ਵਾਲੇ ਅਤੇ ਇੱਧਰਲੀ ਸਾਈਡ ਵੀ ਬੈਂਕ ਆ ਗਈ ਇੱਕ ਹੋਰ। ਹੁਣ ਆਪਾਂ ਮਾਰਕੀਟ ਦੀ ਦੂਸਰੀ ਸਾਈਡ ਆ ਗਏ, ਅਤੇ ਇੱਧਰ ਵਾਲੇ ਪਾਸੇ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ, ਕੱਪੜੇ ਵਾਲੀਆਂ ਦੁਕਾਨਾਂ, ਬਾਕੀ ਹੋਰ ਜਿਹੜੀ ਡੇਲੀ ਵਰਤੋਂ ਵਾਲਾ ਸਮਾਨ ਉਹ ਦੁਕਾਨਾਂ, ਜਿਵੇਂ ਆਪਾਂ ਤੁਹਾਨੂੰ ਸਾਰਾ ਇਹ ਵੀਡੀਓ ਦੇ ਵਿੱਚ ਦਿਖਾਏ ਆ ਕਿ ਤ੍ਰਿਪੜੀ ਦਾ ਜਿਹੜਾ ਬਾਜ਼ਾਰ ਆ ਕਾਫੀ ਵੱਡਾ ਬਾਜ਼ਾਰ ਹੈ, ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇੱਥੇ ਮਿਲ ਜੂਗੀ। ਬਾਕੀ ਆਹ ਤੁਸੀਂ ਦੇਖ ਸਕਦੇ ਹੋ ਜਿਵੇਂ ਕੁਛ ਕੱਪੜੇ ਦੀਆਂ ਦੁਕਾਨਾਂ ਸਾਹਮਣੇ ਵੀ, ਰੈਡੀਮੇਡ ਕੱਪੜਿਆਂ ਦੀਆਂ ਸੂਟਾਂ ਦੀਆਂ ਦੁਕਾਨਾਂ। ਅਤੇ ਸ਼ਾਮ ਦਾ ਟਾਈਮ ਆ, ਹੁਣ ਸ਼ਾਮ ਦੇ ਟਾਈਮ ਕਰਕੇ ਕਾਫੀ ਇਕੱਠ ਹੈ ਬਾਜ਼ਾਰ ਦੇ ਵਿੱਚ, ਕਾਫੀ ਰੌਣਕ ਹੈ, ਸਕੂਟਰੀਆਂ ਮੋਟਰਸਾਈਕਲ ਗੱਡੀਆਂ ਤੁਸੀਂ ਦੇਖ ਸਕਦੇ ਹੋ ਖੜੀਆਂ। ਆਹ ਪਾਰਕ ਹੈ ਤ੍ਰਿਪੜੀ ਦਾ, ਜਿੱਥੇ ਮੇਨ ਜਿਹਾ ਚੌਂਕ ਆ ਨਾ ਤ੍ਰਿਪੜੀ ਦਾ, ਇਹ ਸਾਰਾ ਪਾਰਕ ਆ, ਅਤੇ ਇੱਥੇ ਸ਼ਾਮ ਨੂੰ ਕਾਫੀ ਸਾਰੇ ਜਣੇ ਜੋਗਿੰਗ ਕਰਨ ਆ ਜਾਂਦੇ ਨੇ, ਅਤੇ ਹਰਿਆਲੀ ਹਰਿਆਲੀ ਇੱਥੇ, ਦਰੱਖਤ ਲੱਗੇ ਹੋਏ ਨੇ। ਬਾਕੀ ਆਹ ਭੰਗੜੇ ਵਾਲੇ ਬਣਾਏ ਹੋਏ ਅੰਮ੍ਰਿਤ ਦੇਖ ਬਈ, ਹੈ ਨਾ ਭੰਗੜੇ ਵਾਲੇ। ਬਾਕੀ ਹੋਰ ਆਲੇ ਦੁਆਲੇ ਦਰੱਖਤ ਨੇ ਕਾਫੀ, ਇੱਧਰ ਘਾਹ ਲੱਗਿਆ ਹੋਇਆ, ਅਤੇ ਸਾਹਮਣੇ ਆ ਰੋਡ ਚੱਲਦਾ, ਸਾਹਮਣੇ ਰੋਡ ਆ, ਬਾਕੀ ਆਲੇ ਦੁਆਲੇ ਪਾਰਕ ਸਾਰਾ ਲੱਗਿਆ ਹੋਇਆ। ਹੁਣ ਆਪਾਂ ਲੱਗੇ ਹਾਂ ਜੂਸ ਪੀਣ,
ਤੇ ਇੱਥੇ ਤ੍ਰਿਪੜੀ ਦੇ ਨੇੜੀ ਜੂਸ ਵਾਲੀ ਦੁਕਾਨ ਸੀ ਬਾਈ ਕੋਲੇ, ਬਾਈ ਬਣਾ ਰਿਹਾ ਜੂਸ, ਮਿਕਸ ਜੂਸ ਕਿਹਾ ਬਾਈ ਨੂੰ। ਤੇ ਸ਼ਾਮ ਦਾ ਕੁਛ ਐਵੇਂ ਦਾ ਮਾਹੌਲ ਹੈ ਪਟਿਆਲੇ ਦਾ। ਇੱਧਰ ਗੁਰਦੁਆਰਾ ਸਾਹਿਬ ਆ ਗਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਆਹ ਚੌਂਕ ਆ ਗਿਆ ਮੇਨ। ਬਾਕੀ ਬਾਈ ਬਣਾ ਰਿਹਾ ਜੂਸ। ਬਾਈ ਜੂਸ ਆਪਣਾ ਬਣ ਕੇ ਰੈਡੀ ਹੋ ਗਿਆ, ਮਿਕਸ ਜੂਸ ਬਣਾਤਾ ਬਾਈ ਨੇ। ਹਾਂਜੀ, ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤ੍ਰਿਪੜੀ ਦੀ ਜਿਹੜੀ ਮਾਰਕੀਟ ਹੈ ਉਹ ਦਿਖਾਈ ਆ। ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੇ ਬਲੌਗ ਵਿੱਚ। ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।